ਵੀਰੋ ਗੱਲ ਸਰਕਾਰ ਦੀ ਨਹੀਂ ਗੱਲ ਹੈ ਕਿਰਦਾਰ ਦੀ ਚੋਣਾ ਖਤਮ ਹੁੰਦੇ ਸਾਰ ਕਈ ਖੋਤੀ ਪੰਜਾਬੀ ਦਰਦੀਆਂ ਦੇ ਕਿਰਦਾਰ ਲੋਕਾਂ ਦੇ ਸਾਹਮਣੇ ਆ ਗਏ ਨੇ ਇਹਨਾਂ ਦੇ ਮਖੌਟੇ ਉਤਰ ਚੁੱਕੇ ਨੇ ਚਾਹੇ ਅਰਵਿੰਦ ਕੇਜਰੀਵਾਲ ਹੋਵੇ ਭਗਵੰਤ ਮਾਨ ਹੋਵੇ ਚਰਨਜੀਤ ਚੰਨੀ ਹੋਵੇ ਨਵਜੋਤ ਸਿੱਧੂ ਹੋਵੇ ਅੱਜ ਪੰਜਾਬ ਦੇ ਮਸਲਿਆਂ ਉੱਤੇ ਬੋਲਦੇ ਹੀ ਨਹੀਂ ਕਿਉਂ ਕਿਉਂਕਿ ਵੋਟਾਂ ਪੈ ਗਈਆਂ ਨੇ ਅੱਜ ਬੀਬੀਐਮਬੀ ਦੇ ਵਿੱਚ ਪੰਜਾਬ ਦੀ ਨੁਮਾਇੰਦਗੀ ਇੱਕ ਕੋਜੀ ਸਾਜ਼ਿਸ਼ ਦੇ ਤਹਿਤ ਖਤਮ ਕੀਤੀ ਜਾ ਰਹੀ ਹੈ ਇਹ ਬਹੁਤ ਵੱਡੀ ਸਾਜ਼ਿਸ਼ ਹੈ ਤੇ ਲੋਕ ਇੱਕ ਸ਼ਬਦ ਨਹੀਂ ਬੋਲੇ ਉਹਦੀ ਸਿਕਿਉਰਿਟੀ ਪੰਜਾਬ ਪੁਲਿਸ ਤੋਂ ਲੈ ਕੇ ਸੀਆਈਏ ਸੱਕ ਨੂੰ ਦਿੱਤੀ ਗਈ ਇਹ ਖੋਤੀਦਰਦੀ ਕਿਤੇ ਲੁਕੇ ਹੀ ਬੈਠ ਕੇ ਔਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਇੱਕ ਵੱਖਰੀ ਰਾਜ ਸਭਾ ਸੀਟ ਦੀ ਮੰਗ ਉਹ ਵੀ ਪੰਜਾਬ ਕਾਂਗਰਸ ਦੇ ਸਿਟਿੰਗ ਮੈਂਬਰ ਪਾਰਲੀਮੈਂਟ ਵੱਲੋਂ ਮਨੀਸ਼ ਤਵਾੜੀ ਵੱਲੋਂ ਇਹ ਬਹੁਤ ਵੱਡੀ ਸਾਜ਼ਿਸ਼ ਹੈ ਔਰ ਕਾਂਗਰਸ ਹੁਣ ਆਪਣਾ ਸਟੈਂਡ ਸਪਸ਼ਟ ਕਰੇ ਕਿ ਕੀ ਕਾਂਗਰਸ ਚੰਡੀਗੜ੍ਹ ਨੂੰ ਪੰਜਾਬ ਦਾ ਹਿੱਸਾ ਨਹੀਂ ਮੰਨਦੀ ਅੱਜ ਯੂਕਰੇਨ ਦੇ ਵਿੱਚ ਜਿਹੜੇ ਪੰਜਾਬੀ ਫਸੇ ਹੋਏ ਨੇ ਭਾਰਤੀ ਫਸੇ ਹੋਏ ਨੇ ਭਗਵੰਤ ਮਾਨ ਹੁਣ ਕਿਉਂ ਨਹੀਂ ਡਰਾਮੇ ਕਰਦਾ ਦਿੱਲੀ 에ਰਪੋਰਟ ਤੇ ਜਾ ਕੇ ਕਿਉਂ ਨਹੀਂ ਉਹਨਾਂ ਨੂੰ ਲਿਆਉਣ ਦੀ ਗੱਲ ਕਰਦਾ ਕਿਉਂਕਿ ਲੋਕਾਂ ਦੀ ਦੌੜ ਸਿਰਫ ਪੰਜਾਬ ਦੀਆਂ ਚੋਣਾਂ ਤੱਕ ਹੈ ਔਰ ਦੂਜੇ ਪਾਸੇ ਮੈਨੂੰ ਮਾਣ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਤੇ ਜਿਹੜੇ ਲਗਾਤਾਰ ਇਹ ਮੁੱਦਿਆਂ ਨੂੰ ਚੱਕ ਰਹੇ ਨੇ ਚਾਹੇ BBMP ਦਾ ਮਸਲਾ ਹੋਵੇ ਚਾਹੇ ਯੂਕਰੇਨ ਦੇ ਵਿੱਚ ਫਸੇ ਪੰਜਾਬੀਆਂ ਦਾ ਮਸਲਾ ਹੋਵੇ ਚਾਹੇ ਚੰਡੀਗੜ੍ਹ ਦੀ ਵਕਰੀ ਰਾਜ ਸਭਾ ਸੀਟ ਦਾ ਵਿਰੋਧ ਕਰਨਾ ਹੋਵੇ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਪੰਜਾਬ ਦੇ ਹੱਕਾਂ ਦੇ ਪਹਿਰੇਦਾਰ ਬਣ ਕੇ ਇਹ ਲੜਾਈ ਲੜ ਰਹੀ ਹੈ ਵੀਰੋ ਇਹ ਹੈ ਆਪਣੇ ਤੇ ਬਗਾਨਿਆਂ ਦਾ ਫਰਕ